ਬਠਿੰਡਾ ਵਿੱਚ 3 ਦਿਨੀ ਵਿਰਾਸਤੀ ਮੇਲੇ ਦਾ ਆਗਾਜ਼ ਹੋ ਗਿਆ। ਇਸ ਦਾ ਆਗਾਜ਼ ਹੈ ਜਿਹੜਾ ਇੱਕ ਸੁੰਦਰ ਝਾਕੀਆਂ ਦੇ ਨਾਲ ਕੀਤਾ ਗਿਆ। ਉਹੀ ਝਾਕੀਆਂ ਨੇ ਜਿਹੜੀਆਂ ਦਿੱਲੀ ਪਰੇਡ ਦੇ ਵਿੱਚ ਸ਼ਾਮਲ ਹੋਣੀਆਂ ਸੀ ਪਰ ਕਿਸੇ ਕਾਰਨ ਨਹੀਂ ਸ਼ਾਮਲ ਹੋ ਸਕੀਆਂ। ਉਹ ਝਾਕੀਆਂ ਨੇ ਜਿਹੜੀਆਂ ਉਹ ਬਠਿੰਡਾ ਦੇ ਵਿੱਚ ਨਜ਼ਰ ਆ ਰਹੀਆਂ ਨੇ, ਜਿਸ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਨੂੰ ਦਰਸਾਇਆ ਗਿਆ। ਐਜੂਕੇਸ਼ਨ ਤੋਂ ਲੈ ਕੇ ਤਿਰੰਗਾ ਨਜ਼ਰ ਆ ਰਿਹਾ, ਪਰ ਦੂਸਰੇ ਪਾਸੇ ਪੰਜਾਬ ਦੀ ਝਾਕੀ ਹੈ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਔਰ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਇਸ ਝਾਕੀ ਦੇ ਵਿੱਚ ਨਜ਼ਰ ਆਉਂਦੀਆਂ ਨੇ, ਪਰ ਦੂਸਰੇ ਪਾਸੇ ਪੁਰਾਤਨ ਵਿਰਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਨੇ। ਕਿਸ ਤਰ੍ਹਾਂ ਗੱਤਕਾ ਹੈ ਜਿਹੜਾ ਉਹ ਖੇਡਦੇ ਹੋਏ ਸਿੱਖ ਨੇ, ਨੌਜਵਾਨ ਨੇ, ਉਹ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਤਾਂ ਕਰਕੇ 3 ਦਿਨ ਚੱਲਣ ਵਾਲਾ ਇਹ ਮੇਲਾ ਹੈ। ਇਸ ਮੇਲੇ ਦੀਆਂ ਝਲਕੀਆਂ, ਇਸ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਗੱਤਕਾ ਖੇਡਦੇ ਹੋਏ ਜਿਹੜੇ ਗੁਰੂ ਦੇ ਸਿੰਘ ਨੇ ਉਹ ਨਜ਼ਰ ਆ ਰਹੇ ਨੇ ਔਰ ਆਪਣੇ ਕਰਤੱਵ ਨੇ ਜਿਹੜੇ ਦਿਖਾਉਂਦੇ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਇਸ ਸਾਈਡ ਵੀ ਨਜ਼ਰ ਮਾਰੋ ਤੁਹਾਨੂੰ ਜਿਹੜੇ ਪੁਰਾਤਨ ਵਿਰਸਾ ਸੀ, ਜਿਹੜੇ ਸਾਡੇ ਉੱਠ ਸੀ, ਜਿਨ੍ਹਾਂ ਦੀ ਸਵਾਰੀ ਅਕਸਰ ਲੋਕ ਕਰਿਆ ਕਰਦੇ ਸੀ, ਉਹ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਤੁਸੀਂ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਤਸਵੀਰਾਂ ਦੇ ਵਿੱਚ ਜਿਸ ਪਾਸੇ ਵੀ ਤੁਹਾਨੂੰ ਨਜ਼ਰ ਜਾਏਗੀ ਪੁਰਾਤਨ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਨਜ਼ਰ ਆਉਣਗੀਆਂ। 3 ਦਿਨ ਇਹ ਮੇਲਾ ਚੱਲਣਾ ਹੈਗਾ ਔਰ ਮੇਲਾ ਕਿਤੇ ਨਾ ਕਿਤੇ ਖਿੱਚ ਦਾ ਕੇਂਦਰ ਜ਼ਰੂਰ ਰਿਹਾ ਹੈਗਾ ਔਰ ਸ਼ੁਰੂਆਤ ਹੈ ਜਿਹੜੀ ਅੱਜ ਇਸ ਦੀ ਕੈਬਨਿਟ ਮੰਤਰੀ ਨੇ ਕੀਤੀ ਔਰ 3 ਦਿਨ ਦੇ ਲਈ ਇਹ ਮੇਲਾ ਚੱਲਣਾ। ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਣ ਵਾਲਾ ਇਹ ਮੇਲਾ। ਕਿਸ ਤਰ੍ਹਾਂ ਪਹਿਲਾਂ ਰਥਾਂ ਦੇ ਵਿੱਚ ਲੋਕ ਸਵਾਰ ਹੋ ਕੇ ਜਾਇਆ ਕਰਦੇ ਸੀ, ਉਸੇ ਤਰੀਕੇ ਦੇ ਨਾਲ ਅੱਜ ਵੀ ਉਸ ਪੁਰਾਤਨ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਕਿਸ ਤਰ੍ਹਾਂ ਲੋਕ ਪਹਿਲਾਂ ਬੱਗੀਆਂ ਦੇ ਵਿੱਚ ਸਵਾਰ ਹੋ ਕੇ ਜਾਂਦੇ ਸੀ, ਕਿਵੇਂ ਡੋਲੀ ਸੀ ਜਿਹੜੀ ਲੜਕੀ ਦੀ ਉਹ ਕਿਸ ਤਰੀਕੇ ਦੇ ਨਾਲ ਜਾਂਦੀ ਸੀ, ਉਸ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਹੈ ਇਸ ਝਾਕੀ ਦੇ ਵਿੱਚ ਕੀਤੀ ਗਈ ਹੈ। ਤਾਂ ਕਰਕੇ ਤਮਾਮ ਹੋਰ ਵੀ ਅੱਗੇ ਝਾਕੀਆਂ ਨੇ ਔਰ ਪੰਜਾਬ ਦਾ ਮਾਨ ਤੁਸੀਂ ਵੇਖ ਸਕਦੇ ਹੋ। ਇੱਕ ਤਸਵੀਰ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨਜ਼ਰ ਆ ਰਹੇ ਨੇ। ਆਪਾਂ ਨੌਜਵਾਨ ਇਸ ਕਰਕੇ ਕਹਾਂਗੇ ਕਿ ਕਿਤੇ ਨਾ ਕਿਤੇ ਜਾ ਕੇ ਇਸ ਪੂਰੀ ਝਾਕੀ ਦੀ ਸ਼ਾਨ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ। ਅੱਜ ਦੇ ਪ੍ਰੋਗਰਾਮ 'ਤੇ ਤੁਹਾਨੂੰ ਹਰ ਵਾਰ ਝਾਕੀ 'ਚ ਵੇਖਦੇ ਹਾਂ, ਪੰਜਾਬੀ ਵਿਰਸਾ ਕਾਇਮ ਵਾਸਤੇ ਕਿੰਨੀ ਐਫਰਟਸ ਕਰ ਲਓ? ਐਫਰਟ ਤਾਂ ਅਸੀਂ 2004 'ਚ ਚਾਲੂ ਇਹ ਆਉਣ ਲੱਗੇ ਹਾਂ ਇਹਦੇ 'ਚ। 2004 'ਚ ਮੈਂ ਬਿਨਾਂ ਵਿਰਾਸਤੀ ਡਰੈਸ ਦੇ ਸਿੰਪਲ ਡਰੈਸ 'ਚ ਆਇਆ ਸੀਗਾ। 2005 ਤੋਂ ਮੈਂ ਵਿਰਾਸਤੀ ਡਰੈਸ 'ਚ ਆ ਰਿਹਾ ਹਾਂਗਾ। 2005 ਤੋਂ ਮੈਂ ਵਿਰਾਸਤੀ ਡਰੈਸ ਦੇ ਵਿੱਚ ਆ ਰਿਹਾ ਹਾਂਗਾ ਅਤੇ ਉਦੋਂ ਤੋਂ ਹੀ ਸੇਵਾ ਕਰੀ ਜਾਂਦੇ ਹਾਂ ਜੀ। ਜਿੰਨਾ ਕੁ ਹੋ ਜਾਂਦੀ ਹੈ ਵਿਰਾਸਤੀ ਚੀਜ਼ ਨੂੰ ਅਸੀਂ ਅੱਗੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਲੱਗਦਾ ਨਹੀਂ ਵੀ ਪੰਜਾਬੀ ਆਪਦੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ, ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਚਾਹੀਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਚੀਜ਼ਾਂ ਨੂੰ ਯਾਦ ਰੱਖਣ? ਨਵੀਂ ਤਕਨੀਕ ਦੇ ਪਿੱਛੇ ਪੈ ਗਏ ਸੀ ਤਾਂ ਇਹ ਬਿਲਕੁਲ ਸਹੀ ਗੱਲ ਹੈ ਕਿ ਸਾਡੇ ਜਿਹੜੇ ਪੰਜਾਬੀ ਹੈ ਉਹ ਆਪਦੇ ਪੰਜਾਬੀ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੈ, ਉਹ ਪੰਜਾਬੀ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੈ। ਪੰਜਾਬੀ ਵਿਰਸੇ ਨਾਲ ਜੋੜਨ ਵਾਸਤੇ ਤਾਂ ਮੇਰਾ ਇੱਥੋਂ ਤੀਕਰ ਮਨ ਹੈ ਕਿ ਇਹਦਾ ਤਾਂ ਸਕੂਲਾਂ ਦੇ ਵਿੱਚ ਇੱਕ ਸਿਲੇਬਸ ਹੋਣਾ ਚਾਹੀਦਾ, ਸਿਲੇਬਸ ਦੇ ਮੁਤਾਬਕ ਪੁਰਾਣਾ ਪੜ੍ਹਾਇਆ ਜਾਵੇ। ਮੈਂ ਕਹਿੰਦਾ ਜੇ ਸਾਨੂੰ ਕੋਈ ਪੁੱਛ ਲਈ ਪੁਰਾਣਾ ਜ਼ਮਾਨਾ ਅਤੇ ਅੱਜ 'ਚ ਕੀ ਫਰਕ ਹੈ, ਸੈਂਕੜੇ ਸਾਡੇ ਹਜ਼ਾਰਾਂ ਯਾਦ ਹੈ ਪਰ ਕਿੰਨੀਆਂ ਅਸੀਂ ਭੁੱਲ ਜਾਂਗੇ, ਕਣਕ ਕੱਢਣ ਤੋਂ ਲੈ ਕੇ, ਕਣਕ ਬੀਜਣ ਤੋਂ ਲੈ ਕੇ ਅਤੇ ਫਲੇ ਹੱਕਣ ਤੋਂ ਲੈ ਕੇ। ਪੁਰਾਣੇ ਵਿਰਸੇ ਨੂੰ ਯਾਦ ਕਰਾਉਂਦੀਆਂ ਇਹ ਤਸਵੀਰਾਂ ਨੇ ਕਿ ਪੁਰਾਣਾ ਸਮਾਂ ਕਿਸ ਤਰ੍ਹਾਂ ਦਾ ਹੁੰਦਾ ਸੀ, ਕਿਸ ਤਰ੍ਹਾਂ ਦੀਆਂ ਤਸਵੀਰਾਂ ਸੀ। ਤੁਸੀਂ ਆਹ ਇੱਕ ਵੱਖਰੀ ਤਸਵੀਰ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਿਹੜੇ ਸਾਧੂ ਨੇ ਆਪਦੇ ਭੇਸ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਆਖਿਰਕਾਰ ਆਪਣੇ ਕਰਤੱਵ ਨੇ ਇਹ ਦਿਖਾਉਂਦੇ ਨਜ਼ਰ ਆਉਣੇ। ਇਹ ਤਸਵੀਰਾਂ ਨੇ ਉਸ ਰੰਗਲੇ ਪੰਜਾਬ ਦੀਆਂ, ਉਸ ਪੰਜਾਬ ਦਾ ਬਿਆਨ ਕਰਦੀਆਂ ਨੇ ਤਸਵੀਰਾਂ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ। ਹਰ ਵੱਖਰੀਆਂ ਵੱਖਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਔਰ ਵੱਖਰੀਆਂ ਤਸਵੀਰਾਂ ਦੇ ਵਿੱਚ ਆਖਿਰਕਾਰ ਪੰਜਾਬ ਦਾ ਕਲਚਰ ਕੀ ਸੀ, ਕਿੰਨਾ ਵਧੀਆ ਕਲਚਰ ਸੀ ਸਾਡੇ ਪੰਜਾਬ ਦਾ, ਅਸੀਂ ਗੱਲਬਾਤ ਬਜ਼ੁਰਗਾਂ ਨਾਲ ਕਰਦੇ ਹਾਂ। ਕੀ ਕਹੋਗੇ
ਤੁਹਾਨੂੰ ਬਜ਼ੁਰਗ ਕਹਾਂ ਕਿ ਨੌਜਵਾਨ? ਮੈਂ ਤਾਂ ਨੌਜਵਾਨ ਕਹਿਣ ਨੂੰ ਦਿਲ ਕਰਦਾ ਹੈਗਾ। ਨਹੀਂ ਕੋਈ ਨੀ, ਬਜ਼ੁਰਗ ਹੀ ਆਉਂਦਾ, ਨੌਜਵਾਨ ਅਰ ਗਏ ਹੈ। 73 ਸਾਲ ਦੀ ਉਮਰ ਹੈ ਤੇ ਪੂਰੀ ਸਿਹਤ ਠੀਕ ਹੈ। ਮੁੰਡਾ ਕਾਇਮ ਹੈ ਅੱਜ ਵੀ? ਮੁੰਡਾ ਕਾਇਮ ਹੈ, ਸਰੀਰ ਕਾਇਮ ਹੈ, ਵੈਸ਼ਨੂ ਹੈ ਜਮਾਂ। ਕੀ ਰਾਜ ਕੀ ਹੈ ਸਿਹਤ ਦਾ, ਕੀ ਰਾਜ ਅੱਜ ਵੀ ਨੌਜਵਾਨਾਂ ਵਾਂਗੂ ਚਿਹਰੇ ਤੇ ਲਾਲੀ ਨਜ਼ਰ ਆ ਰਹੀ ਹੈ? ਹਾਂ, ਵੀ ਵੈਸ਼ਨੂ ਕਰਕੇ ਨਸ਼ੇ ਨਹੀਂ ਕਰਦੇ, ਨਸ਼ਾ ਤੋਂ ਰਹਿਤ ਕਰਕੇ ਸਿਹਤ ਠੀਕ ਹੈ। ਜਿਹੜਾ ਨਸ਼ੇ ਕਰਦਾ ਉਡਾਉਣਾ, ਨੌਜਵਾਨ ਹੋਵੇ ਚਾਹੇ ਬੜੇ ਬਜ਼ੁਰਗ ਹੋਵੇ, ਹਾਂਜੀ ਨਸ਼ੇ ਨੂੰ ਛੱਡੋ ਫਿਰ ਸਰੀਰ ਠੀਕ ਰਹੂਗਾ। ਬਿਲਕੁਲ, ਇਹ ਵੱਖਰੀਆਂ ਤਸਵੀਰਾਂ ਨੇ, ਅਲੱਗ ਅਲੱਗ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਨੌਜਵਾਨ ਨਜ਼ਰ ਆ ਰਹੇ ਨੇ, ਜੀਪ ਦੇ ਵਿੱਚ ਬੈਠੇ ਨੇ, ਆਪਾਂ ਗੱਲਬਾਤ ਇਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ, ਕਿਵੇਂ ਦੇਖਦੇ ਹੋ ਪੁਰਾਤਨ ਵਿਰਸਾ ਹੈ ਜਿਹੜਾ ਦਿਨੋਂ ਦਿਨ ਅਲੋਪ ਹੋ ਰਿਹਾ ਹੈ, ਇੱਕ ਐਫਰਟਸ ਕੀਤੀ ਹੈ ਸਰਕਾਰ ਨੇ, ਲੋਕਲ ਪ੍ਰਸ਼ਾਸਨ ਨੇ, ਤੁਸੀਂ ਕੀਤੀ ਹੈ, ਕਿਵੇਂ ਦੇਖਦੇ ਐਫਰਟਸ ਨੂੰ? ਵੈਸੇ ਤਾਂ ਜੀ ਹਰ ਸਾਲ ਮੇਲਾ ਹੁੰਦਾ, ਲੋਕ ਦੂਰੋਂ ਦੂਰੋਂ ਆਉਂਦੇ ਹੈ, ਆਪਣੇ ਛੋਟੇ ਬੱਚਿਆਂ ਨੂੰ ਪਤਾ ਲੱਗਦਾ ਕਿ ਵਿਰਾਸਤ ਕਿਹੋ ਜਿਹੀ ਹੁੰਦੀ ਹੈ। ਜੇ ਆਪਾਂ ਮੇਲਾ ਨਹੀਂ ਕਰਾਂਗੇ, ਲੋਕਾਂ ਨੂੰ ਪਤਾ ਕਿਵੇਂ ਲੱਗੂਗਾ ਵਿਰਾਸਤ ਪਹਿਲਾਂ ਕਿਹੋ ਜਿਹੀ ਹੁੰਦੀ ਸੀ? ਜਿਵੇਂ ਜੀਪਾਂ ਆਉਂਦੇ, ਘੋੜੇ ਆਉਂਦੇ, ਅੱਡ ਅੱਡ ਤਰ੍ਹਾਂ ਦੇ ਆਉਂਦੇ ਹੈ, ਲੋਕ ਆਉਂਦੇ ਦੂਰੋਂ ਦੂਰੋਂ, ਤਾਂ ਵਧੀਆ ਲੱਗਦਾ ਬੱਚਿਆਂ ਨੂੰ ਵੀ ਕਿ ਵਿਰਾਸਤ ਹੈ ਸਾਡੀ। ਬਿਲਕੁਲ, ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਣ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਸਰਕਾਰ ਵੱਲੋਂ ਕਰਾਏ ਜਾ ਰਹੇ ਨੇ, ਲੋਕਲ ਪ੍ਰਸ਼ਾਸਨ ਕਰਾ ਰਿਹਾ। ਵੱਖਰੀ ਤਸਵੀਰਾਂ ਵੇਖੋ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹ ਝਾਕੀ ਹੈ ਜਿਸ ਦੇ ਵਿੱਚ ਮੁਟਿਆਰਾਂ ਬੈਠੀਆਂ ਨੇ, ਔਰ ਸਾਹਮਣੇ ਜਿਵੇਂ ਪੁਰਾਣੀਆਂ ਦੁਕਾਨਾਂ ਹੁੰਦੇ ਸੀ ਇਸ ਪਾਸੇ ਦੇਖੋ ਤੁਸੀਂ, ਕੁੜੀਆਂ ਨੇ ਉਹ ਨੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੁਰਾਣੇ ਪੰਜਾਬੀ ਵਿਰਸੇ ਨੂੰ ਲੈ ਕੇ ਆਪਾਂ ਗੱਲਬਾਤ ਇਹਨਾਂ ਕੁੜੀਆਂ ਦੇ ਨਾਲ ਵੀ ਕਰਦੇ ਹਾਂ ਕਿ ਆਖਿਰਕਾਰ ਕਿਵੇਂ ਵੇਖਦੀਆਂ ਨੇ ਕੁੜੀਆਂ, ਕੁਛ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ, ਤੁਸੀਂ ਡਰੈਸ ਦੇ ਵਿੱਚ ਤਿਆਰ ਨਜ਼ਰ ਆ ਰਹੇ ਹੋ, ਪੰਜਾਬੀ ਵਿਰਸੇ ਨੂੰ ਲੋਕ ਭੁੱਲਦੇ ਜਾ ਰਹੇ ਨੇ, ਕਿਸ ਤਰ੍ਹਾਂ ਦੀ ਐਫਰਟਸ ਲੱਗੀ ਤੁਹਾਨੂੰ ਇਹ? ਬਹੁਤ ਵਧੀਆ ਲੱਗੀ ਸਰ ਸਾਨੂੰ, ਇਹ ਸਾਨੂੰ ਸਾਡੇ ਵਿਰਸੇ ਨਾਲ ਜੋੜਦਾ ਜੀ, ਬਹੁਤ ਵਧੀਆ ਲੱਗਿਆ ਵੀ ਇੱਥੋਂ ਸਾਰਾ ਕੁਝ ਸਿੱਖਣ ਨੂੰ ਮਿਲਦਾ ਨਾ ਵੀ ਕੀ ਪਹਿਰਾਵਾ ਆਪਣਾ, ਤੇ ਬਸ ਵਧੀਆ ਲੱਗਿਆ ਸਰ। ਕੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਕਿਉਂਕਿ ਪੰਜਾਬੀ ਵਿਰਸੇ ਤੋਂ ਲੋਕ ਭੁੱਲਦੇ ਜਾ ਰਹੇ ਨੇ, ਕੀ ਕਹੋਗੇ? ਹਾਂਜੀ, ਭੁੱਲਣਾ ਨਹੀਂ ਚਾਹੀਦਾ ਸਾਨੂੰ ਆਪਦਾ ਪੰਜਾਬੀ ਵਿਰਸਾ, ਸਾਨੂੰ ਮਤਲਬ ਵੀ ਅਤੇ ਬਾਕੀ ਸਾਨੂੰ ਡਰੈਸ ਕੋਡ ਬਹੁਤ ਵਧੀਆ ਲੱਗਦਾ ਸਾਡੇ ਪੰਜਾਬ ਦਾ। ਹਾਂਜੀ, ਅਤੇ ਬਾਕੀ ਆਪਣੇ ਲੋਕ ਹੈਗੇ ਜਿਹੜੇ ਮਤਲਬ ਉਹ ਜ਼ਿਆਦਾ ਵਿਦੇਸ਼ਾਂ ਨੂੰ ਜਾ ਰਹੇ ਆ, ਸਾਨੂੰ ਪੰਜਾਬ ਦਾ ਪੰਜਾਬ ਵਿਰਸਾ ਜਿਹੜਾ ਉਹ ਇੱਥੇ ਹੀ ਰੱਖੋ। ਪੰਜਾਬੀ ਬੋਲੀ ਪਾ ਕੇ ਦਿਖਾਓ, ਪੰਜਾਬੀ ਵਿਰਸੇ ਨਾਲ ਜੁੜੀ ਹੋਈ ਬੋਲੀ ਪਾਓ। ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਤੇਰਾ ਮੇਰਾ ਬਣ ਜਾਣਾ ਮੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ। ਬਾਗ ਦੀ ਨਦੀ ਦੇ ਵਿੱਚ ਸੋਹਣੇ ਦੀਆਂ ਵਾਲੀਆਂ, ਚਾਹੁੰਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗ ਪਾਲੀਆਂ, ਚਾਹੁੰਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗ ਵਾਲੀਆਂ। ਪੰਜਾਬੀ ਵਿਰਸੇ ਦੀ ਝਲਕ ਹੈ, ਮੁਟਿਆਰਾਂ ਨੇ ਬੋਲੀਆਂ ਪਾਉਂਦੀਆਂ ਨਜ਼ਰ ਆ ਰਹੇ ਨੇ, ਵੱਖਰੇ ਵੱਖਰੇ ਰੰਗ ਨੇ ਇਸ ਮੇਲੇ ਦੇ, 3 ਦਿਨ ਇਹ ਮੇਲਾ ਚੱਲਣਾ ਹੈ, ਕਿਤੇ ਨਾ ਕਿਤੇ ਜਾ ਕੇ ਜਿੱਥੇ ਪੰਜਾਬ ਸਰਕਾਰ ਦੀ ਐਫਰਟਸ ਹੈ ਉੱਥੇ ਲੋਕਲ ਪ੍ਰਸ਼ਾਸਨ, ਲੋਕਲ NGO ਕਿਤੇ ਨਾ ਕਿਤੇ ਇਸ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਰੰਗ ਇਸ 3 ਦਿਨ ਦੇ ਵਿਰਾਸਤੀ ਮੇਲੇ ਦੇ ਵਿੱਚ ਰਹਿਣ ਵਾਲੇ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।